ਵੀ ਦੱਸਾਂ ਮੈਂ ਆਪਣੇ ਬਾਰੇ ਜ਼ਿੰਦਗੀ ਨੇ ਕੀ ਸਿਖਾਇਆ ਤੇ ਕੀ ਦਿਖਾਇਆ ਤਿੰਨ ਕਮਰੇ ਇੱਕ ਰਸੋਈ ਬੇਬੇ ਦਾ ਉਹੀ ਸੂਟ ਤੇ ਬਾਪੂ ਦੀ ਉਹੀ ਲੋਈ ਅੱਜ ਵੀ ਉਹਦੀ ਬੁੱਕਲ ਵਰਗਾ ਨਿੱਘ ਦਿੰਦੀ ਹੈ ਤਾਂ ਹੀ ਇੱਕ ਨਾਲ ਲਾ ਕੇ ਰੱਖਦਾ ਤੇ ਦੱਸਿਆ ਸੀ ਉਹਨੇ ਵੀ ਬਾਹਲੀ ਥਾਂ ਨਾ ਲਾਈ ਤਾਂ ਹੀ ਇੱਕ ਨਾਲ ਲਾ ਕੇ ਰੱਖਦਾ ਤੇ ਆਹ ਜ਼ਿੰਦਗੀ ਦਾ ਮੈਨੂੰ ਪਤਾ ਸੀ ਵੀ ਰੱਬ ਤੋਂ ਉਧਾਰੀ ਹੈ ਤੇ ਛੋਟੇ ਹੁੰਦੇ ਪੰਡਿਤ ਕਹਿ ਗਿਆ ਸੀ ਵੀ ਸ਼ਨੀ ਮੁੰਡੇ ਤੇ ਭਾਰੀ ਹੈ ਗਲੇਲਾਂ ਤੇ ਗੰਡੋੜੀਆਂ ਤੋਂ ਕੰਨਾਂ ਤੇ ਗੋਲੀਆਂ ਤੱਕ ਦਾ ਸਫ਼ਰ ਲੱਗੇ ਕੰਢਿਆਂ ਤੋਂ ਗੱਡੇ ਝੰਡਿਆਂ ਤੱਕ ਦਾ ਸਫ਼ਰ ਕੁੱਲੀਆਂ ਪਹਿਲਾਂ ਤੋਂ ਤੇ ਹੁਣ ਮਹਿਲਾਂ ਤੱਕ ਦਾ ਸਫ਼ਰ ਨਾਲੇ ਡੈਮਾਂ ਮਾੜਿਆਂ ਤੋਂ ਅਖਾੜਿਆਂ ਤੱਕ ਦਾ ਸਫ਼ਰ ਸਫ਼ਰ ਚੱਲ ਰਿਹਾ ਹੈ ਤੇ ਸਫ਼ਰ ਜਾਰੀ ਰਹੂਗਾ ਸਫ਼ਰ ਜਾਰੀ ਰਹੂਗਾ ਬਾਈ ਜੀ ਉਹ ਤੁਹਾਨੂੰ ਲੱਗਦਾ ਮੁੱਕ ਗਿਆ ਕਦੇ ਭੀੜ ਚ ਹੁੰਦਾ ਸੀ ਤੇ ਹੁਣ ਇਕੱਠ ਚ ਨਾ ਚੱਲ ਉੱਦਾਂ ਭਾਵੇਂ ਬਾਹਰ ਰਹਿੰਦੇ ਹਾਂ ਪਰ ਜੇ ਲੋੜ ਪੈ ਜਾਵੇ ਤਾਂ ਪਿੰਡ ਦੀ ਸੱਥ ਚ ਨਾ ਪਰਵਾਹ ਨਹੀਂ ਮਾਰੀ ਦੀ ਕੌਣ ਕਿਵੇਂ ਦਾ ਜੱਟ ਤਾਂ ਬਸ ਸਵਾਦ ਲੈਂਦਾ ਆਖਰੀ ਗੱਲ ਉਹਨਾਂ ਲਈ ਜਿਹੜੇ ਕਹਿੰਦੇ ਜਵਾਕ ਆ ਇਹਦੇ ਦਿਮਾਗ ਨੂੰ ਉਹ ਕਮਲਿਓ ਇਹ ਤਾਂ ਉਹੀ ਗੱਲ ਕਰਤੀ ਵੀ ਉਹ ਸੁਰਾ ਜਿਹਦਾ ਕੋਈ ਰਾਗ ਨਹੀਂ ਜਿਹਦਾ ਤੇ ਟੇਪ ਪਹਿਲੀ ਆ ਬਾਬਿਓ ਪਰ ਆਖਰੀ ਨਹੀਂ ਚੱਕ ਦੋ ਕੰਮ ਤੇ ਕਰ ਲਓ ਸਪੀਕਰਾਂ ਦੀ ਆਵਾਜ਼ ਖਲਾਰਾ ਪੈਣ ਵਾਲਾ ਬਾਈ ਜੀ।